सतगुर अपना सद सदा समारे, सतगुर अपना सद सदा समारे, सतगुर अपना सद सदा समारे, सतगुर अपना सद सदा सद सदा सवारे, सतगुर अपना सद सदा सवारे। जागरे मन जागन हारे, जागरे मन जागन हारे, सतगुर अपना सद सदा संभारे, सतगुर अपना सद सदा संभारे, सतगुर अपना सद सदा संभारे, सतगुर अपना सद सदा। सतगुर अपना सद सदा संभारे, सतगुर अपना सद सदा संभारे, सतगुर अपना सद सदा संभारे, सतगुर अपना सद सदा सद सदा संभारे, सतगुर अपना सद सदा संभारे, सतगुर अपना सद सदा संभारे, सतगुर अपना सद सदा। सतगुर अपना सद सदा संभारे, सतगुर अपना सद सदा संभारे, सतगुर अपना सद सदा संभारे,
ने अपना सत सदा शमारे सतगुरु ने अपना सत सदा शमारे गुर के चरण केस सब विचारे गुर के चरण केस सब विचारे गुर के चरण मनमुख सच्चा नाम तिन्ना दरियावां से दोस्ती मनमुख सच्चा नाम तिन्ना दरियावां से Yeah.
चौथे पहर सबह के सुरते उपजे जो तिन्ना दरियावां से दोस्ती Oh!
ਦਾ ਚੌਥਾ ਪਹਿਰ ਚੌਥੇ ਪਹਿਰ ਦੀ ਪ੍ਰਾਰੰਭਤਾ ਹੋ ਗਈ। ਤਿੰਨ ਤੋਂ ਛੇ ਇਹ ਚੌਥਾ ਪਹਿਰ ਹੈ। ਪ੍ਰਥਮ ਪਹਿਰ ਹੈ 6 ਤੋਂ 9, 6 ਵਜੇ ਪਹਿਲੇ ਪਹਿਰ ਦੀ ਸ਼ੁਰੂਆਤ ਹੋਈ, ਇਹ ਚੌਥਾ ਪਹਿਰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜਿਨ੍ਹਾਂ ਦਾ ਦਰਿਆਈ ਦਿਵਸ ਅੱਜ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਆਪ ਜੀ ਨੇ ਉਚਾਰਨ ਕੀਤਾ। 8 ਪਹਿਰ ਨੇ ਦਿਨ ਅਤੇ ਰਾਤ ਦੇ, ਕਹਿੰਦੇ 8 ਪਹਿਰੀ 8 ਖੰਡ ਨਾਵਾਂ ਖੰਡ ਸਰੀਰ। ਇਸ ਵਿੱਚ 9 ਨਿਤ ਨਾਮ ਏਕ ਭਾਲੈ ਗੁਣੀ ਗਹੀਰ, ਕਰਮੰਤੀ ਸਲਾਹਿਆ ਨਾਨਕ ਕਰ ਗੁਰ ਪੀਰ। ਚੌਥੇ ਪਹਿਰ ਦਾ ਚੜ੍ਹਾਅ ਆਇਆ, ਸਭ ਕੁਝ ਠਹਿਰ ਗਿਆ। ਇਸ ਠਹਿਰੇ ਹੋਏ ਸਮੇਂ ਦੇ ਅੰਦਰ ਜਿਹੜੇ ਜਗਿਆਸੂ ਜਾਗ ਪੈ, ਭਿੰਨੀ ਰੈਨੜੀਏ ਚਮਕਣ ਤਾਰੇ ਜਾਗੇ, ਸੰਤ ਜਨਾ ਮੇਰੇ ਰਾਮ ਪਿਆਰੇ। ਚੌਥੇ ਪਹਿਰ ਸਵਾਹ ਕੈ ਸੁਰਤੀਆਂ ਉਪਜਾ ਚਾਓ, ਤਿੰਨਾਂ ਦਰਿਆਵਾਂ ਸੋ ਦੋਸਤੀ। ਤਿੰਨ ਦਰਿਆਓ ਕਿਹੜੇ ਨੇ? ਦਰਿਆ ਉਹਨੂੰ ਕਿਹਾ ਜਾਂਦਾ ਜਿਹਦਾ ਵਹਿਣ ਚੱਲੇ, ਪਾਣੀ ਚੱਲਦਾ ਰਹੇ ਨਾ। ਜੇ ਪਾਣੀ ਸੁੱਕ ਜਾਵੇ ਤੇ ਕੋਈ ਨਹੀਂ ਕਹਿੰਦਾ ਦਰਿਆ ਵਗ ਰਿਹਾ। ਦਰਿਆ ਉਸ ਜਗ੍ਹਾ ਤੇ ਕਿਹਾ ਜਾਂਦਾ ਜਿਹਦਾ ਵਹਿਣ ਵਗਦਾ ਹੋਵੇ। ਪਾਤਸ਼ਾਹ ਕਹਿੰਦੇ ਤਿੰਨ ਦਰਿਆਓ ਸਾਡੇ ਵਗਦੇ ਰਹਿੰਦੇ ਨੇ, ਮਨ ਰੁਕਦਾ ਨਹੀਂ, ਵਿਚਾਰ ਆਉਂਦੇ ਰਹਿੰਦੇ ਨੇ, ਚੱਲਦੇ ਰਹਿੰਦੇ। ਮੂੰਹ ਸਾਡਾ ਭਾਵੇਂ ਅਸੀਂ ਬਾਹਰੋਂ ਚੁੱਪ ਕਰ ਜਾਈਏ, ਅੰਦਰੋਂ ਬੋਲਦਾ ਹੀ ਰਹਿੰਦਾ। ਸੱਚਾ ਨਾਮ, ਸੱਚੇ ਨਾਮ ਦਾ ਖੇੜਾ ਵੀ ਕਦੇ ਟੁੱਟਦਾ ਨਹੀਂ, ਰੁਕਦਾ ਨਹੀਂ। ਪਰ ਕਹਿੰਦੇ ਵਿਪਰੀਤ ਬੁੱਧੀ ਜਿਹੜੀ ਹੈ ਸਿੱਧੀ ਹੋ ਜਾਂਦੀ ਹੈ ਉਹਨਾਂ ਜਗਿਆਸੂਆਂ ਦੀ, ਉਹਨਾਂ ਦਾ ਮਨ 8 ਪਹਿਰ ਬੋਲਦਾ ਵਾਹਿਗੁਰੂ ਵਾਹਿਗੁਰੂ। ਉਹਨਾਂ ਦੀ ਰਸਨਾ 8 ਪਹਿਰ ਬੋਲਦੀ ਹੈ ਵਾਹਿਗੁਰੂ ਵਾਹਿਗੁਰੂ। ਪਰਮਾਤਮਾ ਦੇ ਚਿੰਤਨ ਦੇ ਅੰਦਰ ਮਨ ਮੁੱਖ ਸੱਚਾ ਨਾਮ ਅਤੇ ਸੱਚੇ ਨਾਮ ਦੇ ਅੰਦਰ ਗਲਤਾਨ ਰਹਿੰਦੇ ਨੇ, ਖੁਸ਼ ਰਹਿੰਦੇ ਨੇ, ਇੱਕ ਮਿੱਕ ਰਹਿੰਦੇ ਹਨ ਉਹ। ਉਹਨਾਂ ਦੀ ਬਾਤ ਧੰਨ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਤਿੰਨਾਂ ਦਰਿਆਵਾਂ ਸੋ ਦੋਸਤੀ। ਮਨ ਮੁੱਖ ਸੱਚਾ ਨਾਮ, ਮਨ ਨਾਲ ਮੁੱਖ ਨਾਲ ਸੱਚੇ ਨਾਮ ਨਾਲ ਉਹਨਾਂ ਦੀ ਪ੍ਰੀਤੀ, ਮਨ ਨੂੰ ਸਵਾਰਨ ਵਿੱਚ ਲੱਗ ਜਾਂਦੇ ਨੇ। ਮੁੱਖ ਦੇ ਵਿੱਚੋਂ ਕੋਈ ਐਸੀ ਬਾਤ ਨਾ ਨਿਕਲੇ, ਸਵਾਰਨ ਲੱਗ ਜਾਂਦੇ ਨੇ, ਇਹ ਸੱਚਾ ਨਾਮ ਰਸਨਾ ਤੇ ਟਿਕ ਜਾਂਦਾ ਹੈ। ਚੌਥੇ ਪਹਿਰ ਸਵਾਹ ਕੈ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁੱਖ ਸੱਚਾ ਨਾਮ, ਉਤੇ ਅੰਮ੍ਰਿਤ ਪੜਿਆ ਪਾਸ ਉੱਤੇ
Yeah.